ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦਾ ਅਨਮਿਊਟ ਤੇ ਮੈਂ ਹਾਂ ਕੁਲਦੀਪ ਸਿੰਘ। ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਦਿਨ ਹੈਗਾ ਤੇ ਅਸੀਂ ਪਹੁੰਚੇ ਹਾਂ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ ਵਿਖੇ। ਦੱਸ ਦਈਏ ਕਿ ਜਿਸ ਤਰ੍ਹਾਂ ਹੋਰ ਪੰਜਾਬ ਦੇ ਵਿੱਚ ਦੇਸ਼ਾਂ ਵਿਦੇਸ਼ਾਂ 'ਚ ਵੀ ਅੱਜ ਦੇ ਦਿਨ ਨੂੰ ਮਹਿਲਾ ਦਿਵਸ ਨੂੰ ਮਨਾਇਆ ਜਾ ਰਿਹਾ, ਕੋਈ ਤਰ੍ਹਾਂ ਤਰ੍ਹਾਂ ਦੇ ਪ੍ਰੋਗਰਾਮ ਵੀ ਕੀਤੇ ਜਾ ਰਹੇ, ਸਰਕਾਰੀ ਦਫ਼ਤਰਾਂ ਦੇ ਵਿੱਚ ਵੀ ਪ੍ਰੋਗਰਾਮ ਛੋਟੇ ਛੋਟੇ ਪ੍ਰੋਗਰਾਮ ਕਰਕੇ ਮਹਿਲਾ ਦਿਵਸ ਦੀ ਮਹੱਤਤਾ ਦੱਸੀ ਜਾ ਰਹੀ ਹੈ, ਜਾਂ ਜਿਹੜੀਆਂ ਪੈਦਲ ਵਾਕ ਕਰਕੇ ਵੀ ਮਹਿਲਾ ਦਿਵਸ ਦਾ ਬਾਰੇ ਲੋਕਾਂ 'ਚ ਜਾਗਰੂਕਤਾ ਫੈਲਾਈ ਜਾ ਰਹੀ ਹੈ ਕਿ ਮਹਿਲਾ ਦਿਵਸ ਦਾ ਮਹੱਤਵ ਦੱਸਿਆ ਜਾ ਰਿਹਾ। ਠੀਕ ਉਸੇ ਤਰਜ਼ 'ਤੇ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ ਵਿੱਚ ਵੀ ਵਿਦਿਆਰਥੀਆਂ ਵੱਲੋਂ, ਪੰਜਾਬ ਸਟੂਡੈਂਟਸ ਯੂਨੀਅਨ ਲਲਕਾਰ ਵੱਲੋਂ ਇੱਕ ਪ੍ਰਦਰਸ਼ਨੀ ਲਾਈ ਗਈ ਹੈ। ਇਹਦੇ ਪ੍ਰਦਰਸ਼ਨੀ ਦੇ ਵਿੱਚ ਸਟੂਡੈਂਟਸ ਨੇ ਜਿਹੜੇ ਪੋਸਟਰ ਆਪਣੇ ਹੱਥਾਂ ਨਾਲ ਮਹਿਲਾ ਦਿਵਸ ਦੇ ਸੰਬੰਧੀ ਬਣਾ ਕੇ ਪੋਸਟਰ ਇੱਥੇ ਪ੍ਰਦਰਸ਼ਿਤ ਕੀਤੇ ਆ, ਔਰ ਮਹਿਲਾ ਦਿਵਸ ਨਾਲ ਸੰਬੰਧਿਤ ਕਿਤਾਬਾਂ ਵੀ ਇੱਥੇ ਜਿਹੜੀਆਂ ਪ੍ਰਦਰਸ਼ਨੀ ਲੱਗੀ ਹੋਈ ਹੈ, ਵੱਡੀ ਗਿਣਤੀ ਦੇ ਵਿੱਚ ਸਟੂਡੈਂਟ ਇੱਥੇ ਆ ਕੇ ਦੇਖ ਰਹੇ ਆ। ਇਹ ਦੱਸਣਯੋਗ ਗੱਲ ਤਾਂ ਮੇਨ ਇਹ ਹੈ ਕਿ ਇਹ ਜਿਹੜੇ ਪੋਸਟਰ ਆ ਸਟੂਡੈਂਟਸ ਵੱਲੋਂ ਬਣਾਏ ਗਏ ਆ ਨਾ, ਇਹ ਪੋਸਟਰ ਆਪਣੇ ਆਪ ਵਿੱਚ ਇੱਕ ਜਿਹੜੀ ਆ ਮਹਿਲਾ ਦੀ ਤਰਾਸਦੀ ਬਿਆਨ ਕਰਦੇ ਆ, ਔਰਤ ਦਾ ਦਰਦ ਬਿਆਨ ਕਰਦੇ ਆ ਕਿ ਜਿਵੇਂ ਔਰਤ ਵਿਰੋਧੀ ਮਾਨਸਿਕਤਾ ਦੇ ਅੰਕੜੇ ਇੱਥੇ ਦਿਖਾਏ ਗਏ ਆ ਕਿ ਔਰਤਾਂ ਵਿਰੁੱਧ ਜੁਰਮ ਕਿੰਨੇ ਹੋਏ ਆ, ਸਾਲ 2019 ਦੇ ਵਿੱਚ ਕਿੰਨੇ ਜੁਰਮ ਹੋਏ, 2020 'ਚ ਕਿੰਨੇ ਬਲਾਤਕਾਰ ਦੇ ਮਾਮਲੇ, ਔਰਤ ਵਿਰੁੱਧ ਹਿੰਸਾ, ਤੇਜ਼ਾਬੀ ਹਮਲੇ, ਦਹੇਜ ਪ੍ਰਥਾ ਦੇ ਕਰਕੇ ਜਿਹੜੇ ਕਤਲ ਹੋ ਰਹੇ ਆ ਔਰਤਾਂ ਦੇ, ਸਮਾਜਿਕ ਜੀਵਨ ਦਾ ਹੋਰ ਜਿਹੜਾ ਔਰਤਾਂ ਦਾ ਕਿਸ ਤਰ੍ਹਾਂ ਅਤੇ ਜਿਹੜਾ ਹੈਗਾ ਮਤਲਬ ਔਰਤ ਦੀ ਪੂਰੀ ਜਿਹੜੀ ਆ ਦਸ਼ਾ ਬਿਆਨ ਕਰਦੇ ਆ। ਆਧੁਨਿਕਤਾ ਦੇ ਨਾਮ 'ਤੇ ਵੀ ਔਰਤਾਂ ਦੀ ਗੁਲਾਮੀ ਦੇ ਜਿਹੜੇ ਨਵੇਂ ਰੂਪ ਪੈਦਾ ਹੋ ਰਹੇ ਆ, ਔਰਤਾਂ ਨੂੰ ਜਿਸਮ ਸੁਹੱਪਣ ਦੇ ਮਤਲਬ ਇੱਕ ਜਿਹੜੀ ਕੌਮਾਂਤਰੀ ਮੰਡੀ ਦੇ ਵਿੱਚ ਵੀ ਔਰਤਾਂ ਨੂੰ ਇੱਕ ਗਲਤ ਢੰਗ ਨਾਲ ਪ੍ਰੈਜੈਂਟੇਸ਼ਨਾਂ ਜਿਹੜੀਆਂ ਉਹ ਕੀਤੀਆਂ ਜਾਣਦੀਆਂ ਇੱਥੇ ਬਿਆਨ ਕੀਤੇ ਪੋਸਟਰ ਸਿਆਸੀ ਲੀਡਰਾਂ ਦੇ। ਸੋ ਹਿੰਸਾ ਦੇ ਨਾਲ ਘਟਨਾਵਾਂ ਕੁੱਲ ਮਿਲਾ ਕੇ ਕਿਤੇ ਜਿਹੜੀ ਚਿੜੀਆਂ ਦਾ ਚੰਬਾ, ਕਵੀਆਂ ਨੇ ਜਿਹੜੇ ਚਿੜੀਆਂ ਦਾ ਚੰਬਾ ਕਿਤੇ ਉੱਡ ਨਹੀਂ ਜਾਵੇਗਾ, ਇੱਥੇ ਹੀ ਕਿਤੇ ਉਰੇ ਪਰੇ ਲੁੱਕ ਕੇ ਕਲਮ ਕੱਲਿਆਂ ਰੋਇਆ ਕਰੇਗਾ, ਸਰਾਪੇ ਜੋਬਨਾਂ ਦੇ ਮਰਸੀਏ ਗਾਇਆ ਕਰੇਗਾ। ਸੋ ਇਸ ਤਰ੍ਹਾਂ ਦੇ ਪੋਸਟਰ ਜਿਹੜੇ ਇੱਥੇ, ਕਵੀ ਪਾਸ਼ ਦੀ ਕਵਿਤਾ ਚਿੜੀਆਂ ਦੇ ਚੰਬੇ ਨੂੰ ਭੋਰਾ ਵੀ ਖਬਰ ਨਾ ਹੋਵੇਗੀ, ਅਚਾਨਕ ਕਿਤਿਓਂ ਲੋਹੇ ਦੀਆਂ ਚੁੰਝਾਂ ਦਾ ਜਾਲ ਉਸ ਜੋਗੇ ਅਸਮਾਨ ਉੱਤੇ ਵਿਛ ਜਾਵੇਗਾ, ਅਤੇ ਲੰਮੀ ਉਡਾਰੀ ਦਾ ਉਹਦਾ ਸੁਪਨਾ ਉਹਦੇ ਹਰ ਨੋਧਿਆਂ ਨੈਣਾਂ ਤੋਂ ਭੈ ਖਾਵੇਗਾ। ਇਹੋ ਜਿਹੀਆਂ ਕਵਿਤਾਵਾਂ ਇੱਥੇ ਜਿਹੜੀ ਆ ਸਟੂਡੈਂਟਸ ਨੇ ਪੋਸਟਰਾਂ 'ਤੇ ਉਤਾਰ ਕੇ ਜਿਹੜੀ ਆ ਹਰ ਇੱਕ ਤਰੀਕੇ ਦੀ ਜਿਹੜੀ ਔਰਤ ਦੀ, ਚਾਹੇ ਤਰਾਸਦੀ ਹੈ ਚਾਹੇ ਸੁਹੱਪਣ ਹੈ, ਜਿਸ ਤਰ੍ਹਾਂ ਵੀ ਉਹਨੂੰ ਆਪਣੇ ਕਲਮਾਂ ਨਾਲ ਬਿਆਨ ਕੀਤਾ ਹੈ। ਵੱਖ ਵੱਖ ਕਵੀਆਂ ਦੀਆਂ, ਸੁਖਵਿੰਦਰ, ਅੰਮ੍ਰਿਤ, ਫੈਜ਼ ਅਹਿਮਦ ਫੈਜ਼ ਦੀ ਜਿਹੜੀ ਕਵਿਤਾਵਾਂ ਹੈਗੀਆਂ, ਸਾਦਤ ਹਸਨ ਮੰਟੋ, ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕਵਿਤਾਵਾਂ ਜਾਂ ਜਿਹੜੇ ਹੈਗੇ ਹੋਰ ਸਲੋਗਨ ਟਾਈਪ ਔਰਤ ਦੇ ਬਾਰੇ ਦੇ ਵਿੱਚ ਇੱਥੇ ਲਿਖੇ ਆ। ਅਸੀਂ ਗੱਲ ਕਰਦੇ ਤੁਹਾਡੇ ਨਾਲ ਇੱਥੇ ਜਿਹੜੇ ਸਟੂਡੈਂਟ ਯੂਨੀਅਨ ਲਲਕਾਰ ਤੋਂ ਅਮਨ ਹੈਗੇ, ਉਹਨਾਂ ਦੇ ਨਾਲ ਗੱਲ ਕਰਾਂਗੇ ਤੁਹਾਡੀ। ਸਤਿ ਸ਼੍ਰੀ ਅਕਾਲ ਅਮਨ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਜਿਹੜਾ ਤੁਸੀਂ ਅੱਜ ਇਹ ਪ੍ਰਦਰਸ਼ਨੀ ਲਾਈ ਹੈ ਨਾ, ਇਹਦੇ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਪੋਸਟਰ ਕਿ ਕੌਮਾਂਤਰੀ ਔਰਤ ਦਿਵਸ ਦਾ ਹੈ ਇਹ ਐਲਾਨ, ਉੱਠੋ ਜਾਗੋ ਖੜ੍ਹਾ ਕਰੋ ਤੂਫਾਨ, ਮਤਲਬ ਇਹੋ ਜਿਹੇ ਪੋਸਟਰ ਜਿਹੜੇ ਬਣਾਉਣ ਦੀ ਨੌਬਤ ਕਿਉਂ ਆਈ ਹੈ, ਕੀ ਬਿਆਨ ਕਰਨਾ ਚਾਹੁੰਦੇ ਤੁਸੀਂ? ਦਰਅਸਲ ਅੱਜ ਦੇ ਸਮੇਂ ਵਿੱਚ ਜਦੋਂ ਔਰਤ ਦਿਵਸ ਮਨਾਇਆ ਜਾਂਦਾ ਤਾਂ ਉਹਨੂੰ ਮਤਲਬ ਵੀ ਔਰਤਾਂ ਦੇ ਨਾਂ ਲਈ ਡਿਸਕਾਊਂਟ, ਸ਼ੋਪਿੰਗ ਦੇ ਲਈ ਫੈਸਟੀਵਲਸ, ਹੈ ਨਾ, ਜਾਂ ਤੁਸੀਂ ਸਲੂਨਸ ਜਾਓ, ਜਾਂ ਬਹੁਤ ਸਾਰੇ ਇਹੋ ਜਿਹੇ ਸਕੂਲ ਨੇ ਜਿਨ੍ਹਾਂ ਨੇ ਅੱਜ ਡਰੈਸ ਕੋਡ ਰੱਖੇ ਨੇ ਵੀ ਲਾਲ ਜਾਂ ਗੁਲਾਬੀ ਸਾੜੀਆਂ ਸੂਟ ਪਾ ਕੇ ਆਉਣੇ ਨੇ ਤੁਸੀਂ, ਜਾਂ ਦੋ ਚਾਰ ਦਿਨ ਪਹਿਲਾਂ ਸਾੜੀ ਰਨ, ਰੈੱਡ ਸਾੜੀ ਰਨ, ਇਹੋ ਜਿਹੀਆਂ ਚੀਜ਼ਾਂ, ਮਤਲਬ ਔਰਤਾਂ ਨੂੰ ਜਿਵੇਂ ਇੱਕ ਵਸਤੂ ਦੇ ਤੌਰ 'ਤੇ ਉਹਨੂੰ ਗਲੋਰੀਫਾਈ ਕੀਤਾ ਜਾ ਰਿਹਾ। ਉਹਦਾ ਅਸਲ ਵਿੱਚ ਇਤਿਹਾਸ ਕੀ ਆ, ਸ਼ੁਰੂ ਕਿੱਥੋਂ ਹੋਇਆ, ਸਾਡੇ ਲੋਕਾਂ ਨੂੰ ਪਤਾ ਹੀ ਨਹੀਂ। ਇੱਥੇ ਜਿੰਨੇ ਸਟੂਡੈਂਟ ਆਉਂਦੇ ਨੇ, ਗਿਣਤੀ ਨਾਲ ਮੈਨੂੰ ਲੱਗਦਾ 1-2% ਸ਼ਾਇਦ ਹੋਣਗੇ ਜਿਨ੍ਹਾਂ ਨੂੰ ਇਹਦੇ ਇਤਿਹਾਸ ਦਿਨ ਦੇ ਬਾਰੇ ਪਤਾ ਹੋਵੇ। ਬਾਕੀ ਅੱਜ ਔਰਤਾਂ ਦੀ ਜਿਹੋ ਜਿਹੀ ਹਾਲਤ ਹੈ, ਮੈਨੂੰ ਲੱਗਦਾ ਮਨਾਉਣ ਤੋਂ ਵੱਧ ਇਹ ਅਹਿਦ ਲੈਣ ਦੀ ਲੋੜ ਹੈ ਵੀ ਜਿਹੜੀ ਹਾਲਤ ਅੱਜ ਨਹੀਂ ਠੀਕ ਉਹਨੂੰ ਸੁਧਾਰੀਏ। ਅੱਜ ਔਰਤ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੈ, ਔਰਤ ਮਰਦ ਦੇ ਬਰਾਬਰ ਨਹੀਂ ਹੈ, ਔਰਤਾਂ ਦੀ ਹਾਲਤ ਅੱਜ ਵੀ ਦੂਜੇ ਦਰਜੇ ਦੇ ਨਾਗਰਿਕ ਵਾਂਗੂ ਹੀ ਹੈ, ਦੇਖੀ ਜਾਂਦੀ ਹੈ। ਇਸ ਕਰਕੇ ਛੇੜਖਾਨੀ ਦੀਆਂ ਘਟਨਾਵਾਂ, ਬਲਾਤਕਾਰ ਦੀਆਂ ਘਟਨਾਵਾਂ ਇਹ ਆਮ ਨੇ ਸਾਡੇ ਮੁਲਕ ਦੇ ਵਿੱਚ, ਹਰ 20 ਮਿੰਟ ਦੇ ਵਿੱਚ ਇੱਥੇ ਬਲਾਤਕਾਰ ਦੀ ਇੱਕ ਘਟਨਾ ਵਾਪਰਦੀ ਹੈ। ਜਦੋਂ ਇਹੋ ਜਿਹਾ ਕੁਛ ਵਾਪਰ ਰਿਹਾ ਤਾਂ ਉਦੋਂ ਔਰਤਾਂ ਨੂੰ ਜਾਗਰੂਕ ਕਰਨ ਲਈ ਅਤੇ ਆਮ ਲੋਕਾਂ ਨੂੰ ਵੀ ਇਸ ਦਿਨ ਦੇ ਇਤਿਹਾਸ ਬਾਰੇ, ਮਹੱਤਵ ਬਾਰੇ ਅਤੇ ਲੜਾਈ ਕਿਉਂ ਜ਼ਰੂਰੀ ਆ ਇਹਨੂੰ ਲੈ ਕੇ, ਇਹਦੇ ਬਾਰੇ ਜਾਣੂ ਕਰਵਾਉਣ ਲਈ ਅਸੀਂ ਇੱਥੇ ਪੋਸਟਰਾਂ ਦੀ ਇੱਕ ਪ੍ਰਦਰਸ਼ਨੀ ਤਿਆਰ ਕੀਤੀ ਹੈ। ਸਾਰੇ ਜਿੰਨੇ ਵੀ ਅੱਡ ਅੱਡ ਤਰ੍ਹਾਂ ਦੇ ਪੋਸਟਰ ਨੇ, ਕਵਿਤਾਵਾਂ ਨੇ, ਜਿਹੜੇ ਚੰਗੇ ਕਵੀ ਹੋਏ ਨੇ, ਜਿਹੜੀਆਂ ਚੰਗੀਆਂ ਔਰਤਾਂ ਹੋਈਆਂ ਨੇ, ਸਵਿੱਤਰੀ ਬਾਈ ਫੁੱਲੇ ਨੇ, ਗਦਰੀ ਗੁਲਾਬ ਕੌਰ ਹੈ, ਹੋਰ ਜਿੰਨੀਆਂ ਹੋਈਆਂ ਨੇ, ਉਹਨਾਂ ਸਾਰੀਆਂ ਬਾਰੇ ਪ੍ਰਦਰਸ਼ਨੀ ਲਾਈ ਗਈ।
मेन केड़े कवि ऐड करे है असीं इत्थे मुख तौर पर तो इत्थे कई सारे कवि ने जिन्होंने अड अड तरह लिखा वा इत्थे सादत हसन मंटो ने उन्हां दीआं भी कुछ लिखिया हुई लाइना इस तरह लिखिया हुई ने इत्थे सावित्री बाई फूले ने बहुत सोहणियां औरतां दे लई कुछ कोट्स लिखे हुए ने कात्यायनी ने उन्हां दीआं कवितावां ने इस तरह अड अड ने जिन्नी सुखविंदर अमृत दीआं कई बहुत सोहणियां कवितावां ने है ना मतलब इस तरह ये सारा ऐड किया होया। बाकी एक बहुत जरूरी गल मैं आखना चाहूँगी भी अज्ज दे दिन दा इतिहास की आ इहदे तों साडे दर्शक भी नहीं जाणू होणगे बहुत सारे लोगों को नहीं पता 1908 दे विच अज दे दिन पहली बार जिहड़ियां औरतां ने इतिहास दे विच सड़कां ते आईआं सीगियां उन्होंने बगावत की सी कि कम दीआं हालतां साडीआं सुधारियां जाण कम दे घंटे घटाए जाण ते सानू मर्दां दे बराबर तनखाह होवे जदों साडी कम बराबर दा लै आंदा तां साडे नूं तनखाहां क्यों घट दित्तियां जांदियां। न्यूयॉर्क शहर दे विच पहली बार आईआं सी 15,000 औरतां सड़कां ते आईआं फिर उस तों बाद एक हड़ताल चली सीगी जिहदे विच मर्द ते औरत दोने शामिल सी उन्हां विचों तीजा हिस्सा औरतां दा सी 20,000 औरतां उस हड़ताल शामिल हुईआं सी 3 हफ्ते चली 3 महीने हड़ताल उह चलदी आ उह हड़ताल नूं प्रशासन आ जिहड़े सरकारां ने राज सत्ता उदों दी कुचल दिंदी आ बेरहमी नाल पर उन्हें एक पिरत पाती उन्हें एक जाग लाती अज दी औरतों जिन्होंने फिर संघर्ष किया जिहड़ियां लड़ियां जिन्होंने वड्डे वड्डे घोल लड़े इत्थे यूरोप दे विच तां 1911 दे विच लखां ही मजदूर औरतां जिहड़ियां ने सड़कां ते आईआं इसे दिन दे विच भी असीं अपने हक लैणे ने सानूं वोट दे अधिकार भी बराबर चाहिए ने मर्दां दे बराबर इस नूं लैके जिन्ने हक अज मिले होए ने कोई भी औरतों वो सारे हक इसे दे बदौलत ने जिहड़ा उन्हां औरतों ने संघर्ष किया इस करके जदों अज दे दिन दी असीं गल करदे आं असीं इहनूं कौमांतरी औरत दिवस ना आखीए कौमांतरी मजदूर औरत दिवस यह है असल में इंटरनेशनल वर्किंग वूमेंस डे है जिहनूं इसे तरह ही मनाया जाना चाहिए तो इहदे इतिहास ते गलबात जरूर अज होनी चाहिए है। प्रशासन या सरकारां मना रहीआं अज जिवें पैदल वाक करके या कुछ होर उहनां नूं तुसीं किस तरह देखदे हो कि वह की तरीका हैगा अलग उहनां दा प्रशासन तुहानूं तां जी देखो लोकां दे संघर्षां तों हमेशा ही तकलीफ रही है इस करके उह जिथे किते लोग संघर्ष करदे ने उहनूं हमेशा डिस्टॉर्ट करके उहनूं धुंधला पा के उहदी अहमियत नूं घटा के ही उह करदे ने पेश इस करके उह इसे तरह ही मनाउणगे उहनां लई इही बहुत है जिन्नी आजादी मिल गई बहुत आ बस ताइयों अज कहिंदे ने वी तुसीं हैप्पी वूमेन हो जाओ अज तुसीं डिस्काउंट लो शॉपिंगां लो गिफ्ट लो है ना केक कट्टो इहो जिहियां चीज़ां मनाओ पर इह ना याद करो वी तुसीं कदे संघर्ष करके आपदे हक लए ने इह ना याद करो इह ना सिखो वी उहनां संघर्षां तो सीख के तुसीं आने वाले समय होर संघर्ष करोगे तो साडे बराबरता हासिल करोगे उन्हां दी तां सोच है पित्तर सत्ता सोच है इस करके वो चाहते हैं भी जिन्नी आजादी मिली है इत्थे की खड़े रहो ये तो वध ना होवे तुहानूं कुछ भी। हाँ जी आपां होर भी गल करदे इत्थे अपने ललकार तो अमनदीप सिंह भी ने जिहड़े स्टूडेंट यूनियन ललकार के लीडर ने इहनां नाल गल करदे अमनदीप जी सति श्री अकाल। सति श्री अकाल जी ਅੱਜ ਪ੍ਰਦਰਸ਼ਨੀ ਲਈ ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ ਕਿ ਪ੍ਰਦਰਸ਼ਨ ਤੇ ਕਿਸ ਇਹੋ ਜਿਹੇ ਪੋਸਟਰ ਜਿਹੜੇ ਆਪਾਂ ਨੂੰ ਲਾਉਣ ਦੀ ਮਹਿਲਾ ਦੀ ਤਰਾਸ ਦੀ ਜਾਂ ਦਰਦ ਬਿਆਨ ਕਰਨ ਦੇ ਪੋਸਟਰ ਬਣਾਉਣੇ ਪਏ ਇਹਦੇ ਵਿੱਚ ਕੀ ਮਤਲਬ। ਦੇਖੋ ਅਸੀਂ ਅੱਜ ਇਹ ਲਾਇਆ ਸਵੇਰ ਤੋਂ ਸਾਡੇ ਕੋਲ ਸਟੂਡੈਂਟ ਆਉਂਦੇ ਨੇ ਇੱਥੇ ਨਾ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਵੀ ਅੱਜ ਇੰਟਰਨੈਸ਼ਨਲ ਵਰਕਿੰਗ ਵਿਮੈਨਸ ਡੇ ਹੈ ਵੀ ਇਹਦੇ ਬਾਰੇ ਇਤਿਹਾਸ ਬਾਰੇ ਇਸ ਦਿਨ ਦੇ ਬਾਰੇ ਮਤਲਬ ਆਮ ਸਟੂਡੈਂਟਸ ਨੂੰ ਕੋਈ ਜਾਣਕਾਰੀ ਨਹੀਂ ਹੈਗੀ ਇਸੇ ਕਰਕੇ ਅਸੀਂ ਲਾਇਆ ਵੀ ਹੁਣ ਇਸੇ ਸਟੂਡੈਂਟ ਸੈਂਟਰ ਦੇ ਉਸ ਪਾਸੇ ਇਸ ਵੇਲੇ ਨਾਟਕ ਮੇਲਾ ਜਿਹਾ ਚੱਲ ਰਿਹਾ ਗਾਣਾ ਵਜਾਉਣਾ ਜਿਹਾ ਹੈ ਨਾ ਅਤੇ ਇਸ ਦਿਨ ਨੂੰ ਸਾਡੇ ਆਮ ਸਮਾਜ ਦੇ ਵਿੱਚ ਸਾਡੇ ਮੀਡੀਆ ਵੱਲੋਂ ਸਾਡੇ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਮਨਾਇਆ ਜਾਂਦਾ ਵੀ ਹੈ ਨਾ ਉਸ ਦਿਨ ਡਿਸਕਾਊਂਟ ਮਿਲਦਾ ਤੁਹਾਨੂੰ ਸ਼ੋਪਿੰਗ 'ਤੇ ਔਰਤਾਂ ਨੂੰ ਗਿਫਟ ਦਿਓ ਹੈ ਨਾ ਇਸ ਤਰ੍ਹਾਂ ਦੀਆਂ ਚੀਜ਼ਾਂ ਪਰ ਇਸ ਦਿਨ ਦਾ ਜੋ ਅਸਲ ਮਹੱਤਵ ਹੈ ਉਹ ਸਮਾਜ 'ਚੋਂ ਸਾਡੇ ਗਾਇਬ ਹੈ ਨਾ ਤਾਂ ਆਮ ਲੋਕਾਂ ਨੂੰ ਇਹਦੀ ਜਾਣਕਾਰੀ ਨਾ ਸਾਡਾ ਪ੍ਰਸ਼ਾਸਨ ਮੀਡੀਆ ਪਹੁੰਚਾਉਂਦਾ ਹੈ ਇਸ ਕਰਕੇ ਅਸੀਂ ਇਹ ਅੱਜ ਪੋਸਟਰ ਪ੍ਰਦਰਸ਼ਨੀ ਲਾਈ ਹੈ ਪਰਚੇ ਹੈ ਉਹ ਸਟੂਡੈਂਟਸ ਦੇ ਵਿੱਚ ਅਸੀਂ ਇਹਨਾਂ ਮਾਧਿਅਮਾਂ ਰਾਹੀਂ ਇਸ ਦਿਨ ਦੇ ਇਤਿਹਾਸ ਬਾਰੇ ਗੱਲ ਕਰਦੇ ਹਾਂ ਵੀ ਇਹ ਦਿਨ ਔਰਤਾਂ ਦੀ ਜਿਹੜੀ ਸਮਾਜ 'ਚ ਦੁਰਦਸ਼ਾ ਹੈ ਜਿਹੜੀ ਗੈਰ ਬਰਾਬਰੀ ਦੇ ਦਾਬਾ ਉਹਨਾਂ ਨੂੰ ਸਹਿਣਾ ਪੈਂਦਾ ਉਹਦੇ ਖਿਲਾਫ ਸੰਘਰਸ਼ਾਂ ਨੂੰ ਸਮਰਪਿਤ ਇਹ ਦਿਨ ਜਿਹੜਾ ਮਨਾਇਆ ਜਾਂਦਾ ਪਿਛਲੇ 112 ਸਾਲਾਂ ਤੋਂ ਅੱਜ 112ਵੀਂ ਵਾਰ ਜਿਹੜਾ ਮਨਾਇਆ ਜਾ ਰਿਹਾ ਇਹ ਅਤੇ ਇਹਨਾਂ ਚੀਜ਼ਾਂ ਤੋਂ ਇਸ ਇਤਿਹਾਸ ਤੋਂ ਅਤੇ ਅੱਜ ਦੀ ਸਮੱਸਿਆਵਾਂ ਤੋਂ ਅਤੇ ਜਿਹੜਾ ਫਿਰ ਔਰਤਾਂ ਦੀ ਜਿਹੜੇ ਸਮਾਜ 'ਚ ਦੁਰਦਸ਼ਾ ਉਹਦਾ ਰਾਹ ਕੀ ਹੋਵੇ ਇਹਨਾਂ ਸਵਾਲਾਂ ਨੂੰ ਲੈ ਕੇ ਅਸੀਂ ਵੱਖ ਵੱਖ ਮਾਧਿਅਮਾਂ ਰਾਹੀਂ ਅੱਜ ਇਹ ਜਿਹੜਾ ਪ੍ਰਦਰਸ਼ਨੀ ਤਿਆਰ ਕਰੀ ਹੈ। ਸੋ ਇਹ ਸੀ ਲਲਕਾਰ ਯੂਨੀਅਨ ਤੋਂ ਅਮਨਦੀਪ ਸਿੰਘ ਜਿਨ੍ਹਾਂ ਨੇ ਸਾਨੂੰ ਦੱਸਿਆ ਅੱਜ ਦੀ ਇਹ ਜਿਹੜੀ ਪੋਸਟਰ ਪ੍ਰਦਰਸ਼ਨੀ ਦੇ ਬਾਰੇ 'ਚ। ਇੱਥੇ ਹੋਰ ਵੀ ਸਾਡੇ ਨਾਲ ਸਟੂਡੈਂਟਸ ਨੇ ਸਟੂਡੈਂਟਸ ਤੋਂ ਪੁੱਛਦੇ ਹਾਂ ਕਿ ਜਿਹੜੀ ਪ੍ਰਦਰਸ਼ਨੀ ਦੇ ਵਿੱਚ ਕੀ ਕੀ ਅੱਜ ਪੋਸਟ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਆਪਣਾ ਸ਼ੁਭ ਨਾਮ ਕੀ?
सारा जी अज की प्रदर्शनी लगी है ये बारे थोड़ा जा महिला दिवस बारे चानना पाओ जिमें आप पी एस यू ललकार तो आप कहने कि औरत दिवस की कोई हिस्ट्री की गल नहीं करता इतिहास की गल नहीं करता ये कितों शुरू होया 100 साल पहला अमरीका च मजदूर औरतों ने एक धरना प्रदर्शन किया इक्वल जिन्हें आप कहना इक्वल वेज फॉर इक्वल वर्क कि मर्द उन्ना ही काम करता है जिन्हें औरत करती पर औरत घट तनखाह मिलती है काम की तो 100 साल पहला इन्होंने शुरू किया लहर जी वो पुलिस ने कुचल दी पर उन्हें एक जिमें गल शुरू की कि औरतों उही अधिकार उही हक उही तनखाह मिलनी चाहिए जी मर्दा मिलती है तो अज जिमें आप देखते हैं कि अड्ड अड्ड ऑर्गनाइजेशन अड्ड अड्ड कारपोरेट घर कोई भी मतलब औरतों की आज़ादी की गल करते हैं तो वह कदम डिस्काउंट देंगे ने कोई ऑफर देंगे ने या कोई नुक्कड़ नाटक कराता कोई जी प्ले कराता कोई नाच औरत मुक्ति नाच करवाता पर वो औरत की मुक्ति या फिर इंपावरमेंट या हकों की गल नहीं इक्वालिटी की गल नहीं होंगी तो आप इतने औरत के इतिहास बारे गल करते हैं तो औरत की मुक्ति बारे कि अगे किवें वधना चाहिए किवें अगे सानू की करना चाहिए विद्यार्थी होने के नाते सा फर्ज बनता औरतों के नाल तो वो गल कर रहे हैं आप इतने मेरा नाम मनिका है। हाँ जी जो अज महिला दिवस से प्रदर्शनी लगाई है तो थानू की लगता जो प्रशासन है या सरकार वो औरत किस तरीके प्रेजेंट कर दी अज के दिन स्टूडेंट्स ने जी ये प्रदर्शनी लाई है तुम ये की संदेश देना चाहते हो। देखो जी सरकार तो आप बयान आते ही रेंगे आपको पता ही है कि कर दी है तो जो वीमेंस डे प्रजेंट कर गल है उन्हें आई ए बी एन भी एक चीज़ वागू पेश करते हैं भी जिमें मना लो इन्हें भी पैसे खर्च कर लो तो सेला ला देंगे डिस्काउंट ला देंगे है ना बाकी जिमें कंपनियां चाहिए करते हैं पिंक कपड़े पा के आ जाओ अज वीमेंस डे है कार्ड वंड देंगे मतलब हर चीज़ में एक उमें वेचन की तौर पर एक औरत भी एक वेचन की तौर पर ही पेश किया जाता है जिम्मे उन्होंने आज़ादी में भी यही कहा जाता है भी जिम्मे छोटे कपड़े पा लो तो आजादी होगी उन्होंने आजादी में भी उन्होंने पहरावे तक ही सीमित कर दिया छोटे कपड़े पाने महिला की आजादी दसते हैं लोग मतलब आजादी तो है उनकी आजादी होनी चाहिए कि वो कहे भी कपड़े पाए पर उत्थे तक ही उनकी आजादी सीमित नहीं हैगी उस तो अगे भी अपन जो अपनी लड़ाइया है उन्होंने लड़ना चाहिए जो सभ्याचार अपना पहरावे का सभ्याचार या होर खाण पीण का या होर सारा सभ्याचार उन्होंने भी प्रेजेंट करूँगा नहीं जी सभ्याचार जो जो वह तो आप नहीं कहते कि पहरावे की आजादी कोई आजादी नहीं है वो भी पूरी वड्डी आजादी है पर उनके चॉइस की गल है ना जिम्मे आप हिजाब वाले देखे हम अगर कोई हिजाब पाना चाहता है तो उनकी चॉइस है वो चॉइस में आप नहीं छीन सकते जो वो नहीं पाना चाहता वह भी उनका हक है जो पाना चाहते वह भी उनका हक है उवें गल है पर जिमें आई कह देना जिमें जो वे देश ने जिते बाकी अडल्ट फिल्म सब कुछ नॉर्मल करके उन्होंने एक आजादी के तौर पर वेचा जाता है तो औरतों भी दसया जाता है कि आई थोड़ी आजादी है तो उस चीज़ में आप गलत मनने तो जिमें हाँ जी जिमें अज इतने आप लाए हैं पोस्टर इतने अगे सवित्री बाई फुले भी फातिमा खान गुलाब कौर ए जी जी अपनी नायिका रही हैं उन्होंने याद करना चाहिए तो जी असली इतनी क्रांतिकारी विरासत रही अपने महिला दिवस की उन्होंने याद करना चाहिए उन्होंने शक्ति के प्रतीक वागू मनाना चाहिए ना कि एवं बस वेच के उन्होंने पाए हुए पूर्णिया चलना चाहिए। हाँ जी हाँ जी सत श्रीकाल जी थोड़ा नाम की है। मेरा नाम रुपिंदर है। रुपिंदर जी जिहड़े अज प्रदर्शनी लगी है तो होर भी पासे सरकार या प्रशासन भी महिला दिवस मना रहा तो थोड़ा स्टूडेंट्स का जिहड़ा वक्खरा तरीका की है जिहड़ा अज दी महिला दिवस मनाउण दा जिवें एक पासे तुसीं देखिया होगा स्टूसी दे वी इत्थे हिप हॉप चल रहा है इत्थे गाने बजाउणे चल रहे आ मतलब मैं जिथों तक देखिया भी हुण तक जिहड़ा स्टूडेंट आ भी रहा उन्हां नूं इह वी नहीं पता लग रहा भी जिहड़ा असीं वूमेंस डे हैप्पी वूमेंस डे बोलते हैं वेद ना इंटरनेशनल वर्किंग वूमेंस डे है मतलब इस सिस्टम ने वर्किंग वूमेंस डे कटता है ना यदा इतिहास की है किमें शुरू होया क्यों मनाया जाता है ये पता ही नहीं है या फिर जोड़ा अं हिप हॉप कर रहे हैं भी कि अज औरतों दालत इन ज़्यादा वजिया हो गई ने भी सूँ नचन टप्पन चाहिए वा औरत बेशक घर चो बहर निकल के आई है इस स्टेज तक आई है कुड़ियाँ पढ़ सकदियां लिख सकदियां पर इहदा भी एक इतिहास रहा भी ये पिछे कुड़ियां ने बहुत संघर्ष किया वा औरतों ने बहुत संघर्ष किया गा पर अज भी जिहड़ी पैट्रियारकल मानसिकता हैगी है लोगों के दिमागों में वह तो कितने ना कि साडे समाज च पई आ तो उन्हूं खत्म करन दी लोड़ हजे भी बाकी है तो मैनू लगता भी असीं आपदे एक तो इतिहास नूं जाणीए है ना भी क्यों शुरू होया तो अगे नारी मुक्ति का आपां की राह देखते हैं है ना भी इहनूं अगे होर इहदी सोच नूं लैके जाणा भी चंगीआं किताबां राहीं ही जाएगा वह साडे हिप हॉप गाणियां नाल नहीं आना वो साढ़े चंगी विरासत नाल आएगा तो यही साडा मकसद सीगा भी जिन्ने भी असी पोस्टर प्रदर्शनी लाई है किताबां लाइया ने भी लोग इतिहास जानन लोग इस दिन नूं जानन ये क्यों मनाया जाता है की है तो अगे इहदा राह होर की है कि औरतों की जिहड़ी स्थिति है होर असी बेहतर बना सकीए। सो दोस्तों ये सी पंजाब यूनिवर्सिटी के स्टूडेंट सेंटर विखे पंजाब स्टूडेंट्स यूनियन ललकार वालों
लगाई गई प्रदर्शनी जिदे विच जिवें तुहानूं असीं दस्सिया और वख-वख स्टूडेंट्स दे नाल भी गल करवाई और पोस्टरां दे भी सारे फिल्माए गए किस तरह महिला दे औरत दे दर्द नूं ते औरत दी जिहड़ी त्रासदी आ औरत दी मौजूदा हालत आ जिहड़ी ओह समाज दे विच उहनूं बयान करदे सारे इत्थे जिहड़े पोस्टर लगाए तुहानूं दिखाए गए और किताबां राहीं विद्यार्थियों का जिहड़ा कहना कि किताबां राहीं या पोस्टर राहीं जिहड़ा समाज दे विच बदलाव लिआउण दा इक उपराला इहनां दा यतन हैगा कि औरत नूं किस तरह जिहड़ा जागरूक किया जा सकदा। सो इस तरह की अज जिहड़ी प्रदर्शनी असीं इह सानूं दिखाउण दे विच लैके आए हाँ। सो तुसीं देखते रहो द अनम्यूट। कैमरामैन परमिंदर सिंह दे नाल मैं कुलदीप सिंह, धन्नवाद।